ਸਤਿ ਸ਼੍ਰੀ ਅਕਾਲ ਅਦਾਬ ਨਮਸਤੇ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਸਭ ਦੇ ਉਮੀਦ ਕਰਦੀ ਹਾਂ ਵਧੀਆ ਹੋਣਗੇ ਠੀਕ ਠਾਕ ਹੋਣਗੇ ਅੱਜ ਅਸੀਂ ਆ ਗਏ ਹਾਂ ਸ਼ੋਪਿੰਗ ਕਰਨ ਅਤੇ ਸ਼ੋਪਿੰਗ ਕੀ ਕਰਨ ਆਏ ਹਾਂ ਇਹ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਅਸੀਂ ਆਏ ਹਾਂ ਪਟਾਕੇ ਲੈਣ ਕਿਉਂਕਿ ਇੱਥੇ 4th of July ਨੂੰ ਪਟਾਕੇ ਚੱਲਦੇ ਆ ਇੱਥੇ 4th of July ਨੂੰ ਅਮੈਰੀਕਾ ਆਜ਼ਾਦ ਹੋਇਆ ਸੀ ਜਿੱਦਾਂ ਆਪਣੇ ਨਾ 15 ਅਗਸਤ ਮਨਾਉਂਦੇ ਆ ਉਸੇ ਤਰ੍ਹਾਂ ਇੱਥੇ 4th July ਮਨਾਈ ਜਾਂਦੀ ਹੈ ਕਿਉਂਕਿ ਅਮੈਰੀਕਾ 1776 ਵਿੱਚ ਆਜ਼ਾਦ ਹੋਇਆ ਸੀ ਅਤੇ ਉਸ ਦੀ ਖੁਸ਼ੀ ਵਿੱਚ 4th of July ਸੈਲੀਬ੍ਰੇਟ ਕੀਤੀ ਜਾਂਦੀ ਹੈ ਅਸੀਂ ਪੂਰੀ ਫੈਮਿਲੀ ਆਏ ਹਾਂ ਸ਼ੋਪਿੰਗ ਕਰਨ ਪਟਾਕਿਆਂ ਦੀ ਪਹਿਲਾਂ ਮੈਂ ਬਾਹਰੋਂ ਦਿਖਾ ਦਿੰਦੀ ਹਾਂ ਬਾਏ 1 ਗੈਟ 1 ਫ੍ਰੀ ਅੰਦਰ ਸ਼ੋਪ ਲੱਗੀ ਹੋਈ ਹੈ ਹੈਲੋ ਇੱਥੇ ਲਾਈਨ ਲੱਗੀ ਹੋਈ ਹੈ ਇੱਧਰ ਦੀ ਪਟਾਕੇ ਲੈਣੇ ਮੈਂ ਉੱਧਰ ਦੂਰ ਜਾ ਕੇ ਤੁਰ ਕੇ ਆਉਂਦੀ ਬਹੁਤ ਵਧੀਆ ਮੌਸਮ ਆ ਕਿਉਂਕਿ ਸ਼ਾਮ ਦੇ ਟਾਈਮ 'ਤੇ ਅਸੀਂ ਆਏ ਹਾਂ ਠੰਡੀ ਠੰਡੀ ਹਵਾ ਚੱਲਦੀ ਆ ਮੇਨ ਰੋਡ 'ਤੇ ਨਹੀਂ ਹੈ ਨਾ ਸਟੋਰ ਬਣਾਇਆ ਅਤੇ 4th of July ਤੋਂ ਨਾ ਥੋੜ੍ਹੇ ਦਿਨ ਪਹਿਲਾਂ ਜਿੱਦਾਂ 2 ਕੁ ਹਫ਼ਤੇ ਪਹਿਲਾਂ ਇੱਥੇ ਨਾ ਹਰ ਇੱਕ ਜਗ੍ਹਾ 'ਤੇ ਜਿੱਦਾਂ ਇੱਦਾਂ ਦੇ ਸਟੋਲ ਲਗਾਏ ਹੁੰਦੇ ਆ ਛੋਟੇ ਛੋਟੇ ਸਟੋਰ ਹੁੰਦੇ ਆ ਉੱਥੇ ਪਟਾਕੇ ਰੱਖਦੇ ਆ ਸਾਰੇ ਪਟਾਕੇ ਉੱਥੇ ਰੱਖਦੇ ਆ ਅਤੇ ਉੱਥੋਂ ਲੋਕ ਫਿਰ ਖਰੀਦਦੇ ਆ ਫਿਰ ਸਾਰੇ ਜਿੱਦਾਂ ਸ਼ੋਪਿੰਗ ਕਰਨੀ ਸ਼ੁਰੂ ਕਰ ਦਿੰਦੇ ਆ ਨਾ 2-3 ਹਫ਼ਤੇ ਪਹਿਲਾਂ ਫਿਰ 4th of July 'ਤੇ ਚੰਗੇ ਪਟਾਕੇ ਚੱਲਦੇ ਜਿੱਦਾਂ ਆਪਣੀ ਦੀਵਾਲੀ 'ਤੇ ਸੈਲੀਬ੍ਰੇਸ਼ਨ ਹੁੰਦੀ ਹੈ ਨਾ ਸੇਮ ਟੂ ਸੇਮ ਉਹੀ ਚੀਜ਼ ਹੁੰਦੀ ਹੈ ਹਰੀਸ਼ ਵੀ ਲੱਗ ਗਏ ਆ ਲਾਈਨ 'ਚ ਤੁਸੀਂ ਦੇਖ ਹੀ ਸਕਦੇ ਆ ਮੇਨ ਰੋਡ ਆ ਇੱਥੇ ਬਹੁਤ ਹੀ ਵਧੀਆ ਵੈਦਰ ਆ ਚਲੋ ਹੁਣ ਲਾਈਨ ਮੈਂ ਵੀ ਲਾਈਨ 'ਚ ਲੱਗਦੀ ਹਾਂ ਤਾਂ ਬਾਏ ਕਰਦੇ ਹਾਂ ਪਟਾਕੇ ਅਜੇ ਪੂਰਾ ਸੈੱਟ ਜਿਹੜਾ ਲੱਗਾ ਹੋਇਆ ਨਾ ਪਟਾਕਿਆਂ ਦਾ ਯੂ ਪੇ ਓਨਲੀ 799 ਕਿਹੜੇ ਕਿਹੜੇ ਕਾਰਡ ਐਕਸੈਪਟ ਕਰਦੇ ਹੋ ਵੀ ਲਿਖਿਆ ਹੋਇਆ ਹੈ ਫੁੱਲ ਚੜੀਆਂ ਨਹੀਂ ਹੈਗੀ ਉਹ ਨਹੀਂ ਜਿਹੜੇ ਅਨਾਰ ਹੁੰਦੇ ਤਾਂ ਬਹੁਤ ਤਰ੍ਹਾਂ ਦੇ ਪਟਾਕੇ ਜਿਹਦੇ ਵਿੱਚ ਬੰਬ ਨਾ ਹੋਵੇ ਨਾ ਉਹ ਵਾਲਾ Thank you. Are you happy? Yeah? Yeah. Alright. Okay. So make sure we got it right. We got the sparklers, we got the sword. Come on. Alright, there you go. No problem. Let me get you your fireworks. The next day. Happy 4th of July, sorry. ਹਾਂਜੀ ਜੀ ਅੱਜ ਅਸੀਂ 4th of July ਸੈਲੀਬ੍ਰੇਟ ਕਰਨ ਜਾ ਰਹੇ ਹਾਂ ਜੋਰਡਨ ਦੀ 1st 4th of July ਹੈ ਨਾ ਅਤੇ ਅਸੀਂ ਤਾਂ ਉਹਨਾਂ ਨੇ ਮੈਚਿੰਗ ਵੀ ਕੀਤੀ ਹੋਈ ਹੈ ਅੰਕਿਤਾ ਨੇ ਵੀ ਮੈਚਿੰਗ ਕੀਤੀ ਹੈ ਉਹ ਮੈਡਮ ਜੀ ਗਏ ਆ ਪੀਜ਼ਾ ਲੈਣ ਆਪਣੇ ਡੈਡ ਦੇ ਨਾਲ ਅਤੇ ਅੱਜ ਅਸੀਂ ਡਿਨਰ ਨਹੀਂ ਬਣਾਉਣਾ ਹੈਗਾ ਅਸੀਂ ਬਾਹਰੋਂ ਪੀਜ਼ਾ ਔਡਰ ਕੀਤਾ ਆ ਅਤੇ ਹੁਣ ਪੀਜ਼ਾ ਲੈਣ ਗਏ ਆ ਫਿਰ ਅਸੀਂ ਖਾਊਂਗੇ ਇਕੱਠੇ ਬੈਠ ਕੇ ਉਸ ਤੋਂ ਬਾਅਦ 'ਚ ਅਸੀਂ ਜਾਊਂਗੇ ਬਾਹਰ ਪਟਾਕੇ ਦੇਖਣ ਕਿਉਂਕਿ ਇੱਥੇ ਸ਼ਾਮ ਨੂੰ ਅੱਜ ਹੌਲੀਡੇ ਆ ਸ਼ਾਮ ਨੂੰ ਇੱਥੇ ਲੋਕਾਂ ਨੇ ਸਾਰਿਆਂ ਨੇ ਜਿੱਦਾਂ ਪਟਾਕੇ ਚਲਾਉਣੇ ਆ ਅਤੇ ਸਵੇਰੇ ਸਵੇਰੇ ਇੱਥੇ ਪਰੇਡ ਨਿਕਲੀ ਸੀਗੀ
4th of July ਦੀ ਉਹ ਸਾਡੇ ਕੋ ਜਾਣੀ ਹੋਇਆ ਦੇਖਣ ਲਓ ਜੀ ਅੰਕਿਤਾ ਵੀ ਆ ਗਈ ਹੈ ਕੁਕਮ ਸ਼ੋ ਯੂਰ ਆਊਟਫਿਟ ਇਧਰ ਆ ਮੈਚਿੰਗ ਮੈਚਿੰਗ ਸੇ ਹਾਈ एवरीवन ਅਸੀਂ ਕੀਤਾ ਪੀਜ਼ਾ ਹਟ ਆਰਡਰ ਸਾਡਾ ਪੀਜ਼ਾ ਆ ਗਿਆ ਆ ਤੇ ਪੀਜ਼ਾ ਅਸੀਂ ਪੀਜ਼ਾ ਹਟ ਤੋਂ ਆਰਡਰ ਕੀਤਾ ਆ ਇੱਕ ਕੀਤਾ ਚੀਜ਼ ਪੀਜ਼ਾ ਆਰਡਰ ਇੱਕ ਕੀਤਾ ਵੈਜੀ ਅੰਕਿਤਾ ਹੁਣ ਖਾਊਗੀ ਪੀਜ਼ਾ ਲਓ ਜੀ ਹੁਣ ਅਸੀਂ ਆਪਣਾ ਪੀਜ਼ਾ ਫਿਨਿਸ਼ ਕਰ ਲਈਏ ਫਿਰ ਮਿਲਦੇ ਹਾਂ ਇੱਥੇ ਸ਼ਾਮ ਹੋ ਗਈ ਆ ਤੇ ਪਟਾਕੇ ਚੱਲਣੇ ਸ਼ੁਰੂ ਹੋ ਗਏ ਆ ਉੱਧਰ ਨਾ ਸਾਡੇ ਉੱਪਰ ਨੇਬਰਸ ਨੇ ਜਿੱਦਾਂ ਚਾਰ ਟੈਂਟ ਲਗਾਏ ਆ ਉਹਨੇ ਬਾਰਬੀਕਿਊ ਕੀਤਾ ਆ ਹੁਣ ਜਦੋਂ ਹਨੇਰਾ ਹੋਊਗਾ ਉਦੋਂ ਉਹਨੇ ਪਟਾਕੇ ਚਲਾਉਣੇ ਆ ਅਸੀਂ ਪਟਾਕੇ ਲਿਆਉਂਦੇ ਆ ਪਰ ਅਸੀਂ ਨਹੀਂ ਵੱਡੇ ਜ਼ਿਆਦਾ ਲੈਵਲ 'ਤੇ ਨਹੀਂ ਲਿਆਉਂਦੇ ਹੈਗੇ ਕਿਉਂਕਿ ਨਿਆਣੇ ਦੇ ਅਕੋਰਡਿੰਗਲੀ ਚੱਲਣਾ ਪੈਂਦਾ ਨਾ ਇੱਧਰ ਨਾ ਗੋਰੀ ਖਾ ਇੱਧਰ ਸਾਡੇ ਨੇਬਰ ਆ ਉਹਨੇ ਤਾਂ ਚੰਗਾ ਕਾਫੀ ਪਟਾਕੇ ਲਿਆ ਕੇ ਰੱਖੇ ਆ ਉਹ ਕਹਿੰਦੇ ਹਨੇਰੇ ਹੋਣ ਦੀ ਵੇਟ ਕਰਦੇ ਆ ਫਿਰ ਚਲਾਉਂਗੇ ਸਾਨੂੰ ਇਨਵਾਈਟ ਕੀਤਾ ਉਹਨੇ ਮੈਂ ਆਪਣੇ ਪਟਾਕੇ ਲਗਾਈ ਆ ਉਹਦੇ ਬੈਗ 'ਚ ਆ ਹੁਣ ਅਸੀਂ ਪਹਿਲਾਂ ਪਟਾਕੇ ਚਲਾ ਲਈਏ ਫਿਰ ਅਸੀਂ ਗੁਆਂਢੀਆਂ ਦੇ ਪਟਾਕੇ ਦੇਖੂਗੇ ਹਵਾ ਵੀ ਬਹੁਤ ਸੋਹਣੀ ਚੱਲ ਗਈ ਆ ਜੋੜਨ ਬਾਬੂ ਜੀ ਰੈਡੀ ਆ ਪਟਾਕੇ ਚਲਾਉਣ ਲਈ ਹਨਾ ਅਸੀਂ ਤਾਂ ਨਾ ਜਿੱਦਾਂ ਛੋਟੇ ਛੋਟੇ ਅਨਾਰ ਫੁੱਲਚੜੀਆਂ ਜਿੱਦਾਂ ਛੋਟੇ 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 ਬੱਚਿਆਂ ਲਈ ਲੈ ਕੇ ਆਉਂਦੇ ਆ ਪਟਾਕੇ ਤੇ ਉਹ ਚਲਾਉਂਗੇ ਫੁੱਲਚੜੀ ਦੀਵਾਲੀ ਹੈ ਜੀ ਦੀਵਾਲੀ ਆ ਦੇ ਜੋੜਨ ਦਿਖਾ ਦਈਏ ਜੋੜਨ ਨੇ ਖਾਣੀ ਹੈ ਫੁੱਲਚੜੀ ਲੈ ਲਓ ਆ ਦੇ ਮਸਤ ਆ ਦੇਖਣ ਚ ਉਹਦੇ ਲਈ ਤਾਂ ਨਵੀਂ ਚੀਜ਼ ਹੈ ਨਾ ਅਸੀਂ ਜਿਹੜਾ ਲਿਟਲ ਰੈਡ ਡੈਵਲ ਯੂਜ ਚਲਾਇਆ ਬੰਬ ਤਾਂ ਨਹੀਂ ਗਾ ਫੁਆਰਾ ਸੀਗਾ ਪਰ ਅੰਕਿਤਾ ਪਹਿਲਾਂ ਤਾਂ ਖੁਸ਼ ਸੀਗੇ ਬਾਅਦ 'ਚ ਜਿੱਦਾਂ ਕੁਛ ਇੱਦਾਂ ਦਾ ਹੋਇਆ ਜਿਹੜਾ ਸਾਰੇ ਡਰ ਗਏ ਜੋੜਨ ਵਿਚਾਰ ਤਾਂ ਰੋਣੇ ਲੱਗ ਗਿਆ ਅੰਕਿਤਾ ਅੰਦਰ ਦੌੜ ਗਈ ਆ ਹੁਣ ਆਹਾ ਇੱਕ ਪਟਾਕੇ ਨਹੀਂ ਸਾਰੇ ਤੜਾ ਦਿੱਤੇ ਹੁਣ ਅਸੀਂ ਚਲਾਉਣ ਲੱਗੇ ਹਾਂ ਯੂਨੀਕੋਰਨ ਵਾਲਾ ਦੇਖੋ ਇਹਦੇ ਵਿੱਚੋਂ ਕੀ ਨਿਕਲਦਾ ਆ ਹੁਣ ਮੈਨੂੰ ਨਹੀਂ ਲੱਗਦਾ ਉਹਨੇ ਬਾਹਰ ਆਉਣਾ ਨਾ ਰੋਂਦੀ ਆ ਜਿਹੜਾ ਡਰਪੋਕ ਡਰਪੋਕ ਲੋਕ ਅੰਦਰ ਚੱਲ ਗਏ ਸਾਰੇ ਤੜਤੜ ਨਾ ਕਰ ਦੇ ਦੂਰ ਲੈ ਜਾ
न्याणे साडे डर के ना अंदर चल गए। देखो जॉर्डन रोंदा बहुत सीगा, अपनी ग्रैंडमा को बैठ गया। हाय बच्चे, ए दीदी पता नहीं कितने गई है। अंकिता ने नहीं होना आना बाहर, मैनू मैं 100% श्योर आ। हाँ उन्हें तो हूँ बिल्कुल नहीं बाहर निकलना। हम तुम देख सकते हैं हम पटाके चलने हैं किन्ने ज्यादा जोर ना, जैने मेरे बच्चे डराते। मैं लग गुआढ़ी में मुंडा भी रोन लग पे होना। स्टार वार्स शुरू हो गई है। हम अस बाहर आ गए हैं, नेरा हो गया ना, हम सारे लोग बाहर निकले अपने घर च। हम जो सा नेबर आ पिछे उन्हें भी स्टॉल लगाया हुआ है पटाकों का, तो जोड़े वो परा आ उन्हें तो पूरी तो पूरी जिदा दुकान खरीदी लगती है। जो असं पहला उत्थे लंघे तो मैनू लगा भी वो बेचती है पटाके ना, तो बाद च पता लगा भी नहीं उन्हें बुझाने आ, सिर्फ वेट करते हैं भी नेरा हो फिर असं पटाके चलाइए। साढ़े नेबर ने शुरू कर लिया पटाके तो उन्हें सुनते ही होने आ। वह पिछे किन्ने सोहने चलते हैं मल्टी कलर जे। फिर चलना है हले, हाँ तीन बार चलना है। डिजाइन लगी उड़न इदा ही आवाज आती थी ना। वाओ $100 हवा चढ़ गया। All right, take care. Apagge kum kahi mare? Hona si na thoda maine walk kar lene ya. अगे देख लेंगे दूजे गुआढ़ी की करते हैं, दूर के गुआढ़ी की करते हैं। पर मौसम भी वधिया है, जिदा ना गर्मी नहीं हैगी, सारे जिदा बाहर बैठे वधिया लगता है। पूरी साड़ी गली जड़ी है ना, ये घर सारे बन चुके हैं, इस करके सारे लोग मैंने लगा सारे की पहली 4th of July होनी है, इस करके सारे बड़े वधिया ढंग ने इंजॉय कर रहे हैं। हाँ
जोड़न हले सौंदा नहीं गा, मैं चल उन जाके सुलाउंदी आ। लो जी साडा फन हो गया चंगा 4th of July ते जोड़न ने भी फन कर लिया, राइट। हाँ कोठे ते इदां करदे अंदर बैठे आ, इदां लगदा भी अंदर ही पटाके चलदे आ। ਉਹ ਸਾਡੇ ਗੁਆਂਢੀ ਜਿਹੜੇ ਆ ਨਾ ਉਹਨੇ ਤਾਂ ਇੰਨੇ ਜ਼ਿਆਦਾ ਪਟਾਕੇ ਲਿਆਂਦੇ ਆ ਨਾ, ਆਈ ਮੀਨ ਉਹਨਾਂ ਦਾ ਬਾਕਸ ਖਤਮ ਨਹੀਂ ਹੋਣ 'ਤੇ ਆਉਂਦਾ ਹੈਗਾ, ਇੰਨੇ ਜ਼ਿਆਦਾ ਮਤਲਬ ਲਾਊਡ ਆ ਅਤੇ ਕਾਫੀ ਤਰ੍ਹਾਂ ਦਾ ਜਿੱਦਾਂ ਡਿਜ਼ਾਇਨ ਨਿਕਲਦੇ ਆ ਉਹਦੇ ਵਿੱਚੋਂ। ਅੰਕਿਤਾ ਇੱਕ ਹੱਗੀ ਦੇ ਬੱਚਾ, ਅੰਕਿਤਾ ਨੇ ਬਹੁਤ ਹਿੰਮਤ ਕਰਕੇ ਬਾਹਰ ਗਈ ਸੀਗੀ ਯੂਨੀਕੋਰਨ ਵਾਲਾ ਅਨਾਰ ਦੇਖਣ, ਪਰ ਬਣੀ ਨਹੀਂ ਗੱਲ। ਇੱਥੇ ਆਓ, ਇੱਧਰ ਆਓ। ਸਾਡੀ ਤਿੰਨਾਂ ਦੀ ਮੈਚਿੰਗ ਮੈਚਿੰਗ। ਬਾਏ ਕਰਦੇ ਸਾਰੇ ਤੁਕੇ, ਥੈਂਕ ਯੂ ਫਰੈਂਡਸ, ਬਾਏ ਬਾਏ। ਅਤੇ ਚਲੋ ਜੀ ਸਾਡਾ ਤਾਂ ਕਾਫੀ ਫਨ ਹੋ ਗਿਆ ਅਤੇ ਹੁਣ ਅਸੀਂ ਸੌਂ ਜਾਣਾ, ਅਤੇ ਸਾਨੂੰ ਦਿਓ ਇਜਾਜ਼ਤ। ਅਤੇ ਪਲੀਜ਼ ਮੇਰੇ ਵੀਡੀਓਜ਼ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ। ਅਤੇ ਜੇ ਤੁਸੀਂ ਹੋਰ ਵੀ ਸੋਹਣੀਆਂ ਸੋਹਣੀਆਂ ਵੀਡੀਓਜ਼ ਦੇਖਣੀਆਂ ਮੇਰੀਆਂ, ਅਤੇ ਉਹ ਜਿਹੜਾ ਬੈੱਲ ਆਈਕਾਨ ਆ ਉਹਨੂੰ ਹਿੱਟ ਕਰੋ ਤਾਂ ਕਿ ਤੁਹਾਨੂੰ ਮੇਰੀ ਨਵੀਂ ਵੀਡੀਓ ਮਿਲ ਸਕੇ। ਅਤੇ ਅੱਜ ਦੇ ਲਈ ਇੰਨਾ ਹੀ, ਬਾਏ ਬਾਏ, ਟੇਕ ਕੇਅਰ।